ਤੇ ਕਹਿ ਸਕਦੇ ਹਾਂ ਕਿ ਜਿੰਨੀਆਂ ਵੀ ਹੁਣ ਤੱਕ ਸ਼ੂਟਿੰਗਸ ਹੋਈਆਂ ਮੇਰੀਆਂ ਹੈ ਨਾ ਫਿਲਮਸ ਦੀਆਂ ਇਹ ਸਭ ਤੋਂ ਔਖੀ ਸੀ। ਐਕਸਟ੍ਰੀਮ ਠੰਡ -8-9 ਡਿਗਰੀ ਹਵਾ ਚੱਲਦੀ ਸੀ। ਬਟ ਮੈਂ ਬੜੇ ਡਰਾਮੇ ਦੇਖੇ ਇਹਨਾਂ ਦੇ, ਮੈਨੂੰ ਇਹਨਾਂ ਦਾ ਮਤਲਬ ਗੱਲਾਂ ਦਾ ਜਾਂ ਉਸ ਲੈਵਲ 'ਤੇ ਜਾ ਕੇ ਕੁੜੀਆਂ ਕੜੀਆਂ ਚੇਤੇ ਨਹੀਂ ਆਉਂਦੀਆਂ। ਜਦੋਂ ਡੌਂਕੀ 'ਤੇ ਵੀ ਭਾਅ ਜੀ 30-40 ਲੱਖ ਰੁਪਇਆ ਲੱਗਦਾ ਹੈ ਅਤੇ ਇੰਨੀ ਵੀ ਫੀਸ ਲੱਗਦੀ ਹੈ, ਬਦਲਾਵ ਕਿਹਨੇ ਕਰਨਾ? 4 ਤਾਂ ਜਣੇ ਆ ਜੀ, 5 ਮੈਂ, ਦਲਜੀਤ ਭਾਅ ਜੀ ਹੈ, ਅਮਰਿੰਦਰ ਗਿੱਲ ਭਾਅ ਜੀ ਹੈ, ਗਿੱਪੀ ਬਾਈ ਹੈ, 2-3 ਜਣੇ ਹੋਰ ਜਿਹੜੇ ਫਿਲਮਾਂ ਬਣਾਉਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਕਨੈਕਟ ਐਫ ਐਮ ਕੈਨੇਡਾ। ਮੈਂ ਹਾਂ ਐਵੀ ਅਤੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਇੱਕ ਐਸੇ ਆਰਟਿਸਟ ਹੈ, ਇੱਕ ਐਸੇ ਐਕਟਰ ਹੈ ਜਿਨ੍ਹਾਂ ਦੀ ਜਦੋਂ ਅਸੀਂ ਐਕਟਿੰਗ ਦੇਖਦੇ ਹਾਂ ਨਾ ਤਾਂ ਅੱਖਾਂ ਝਪਕਣ ਦਾ ਦਿਲ ਨਹੀਂ ਕਰਦਾ। ਅਤੇ ਅੱਜ ਉਹ ਆਰਟਿਸਟ ਸਾਡੇ ਨਾਲ ਨੇ, ਐਮ ਏ ਵਿਰਕ ਜੀ। ਬਹੁਤ ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੂੰਗਾ ਕਿ ਹੁਣ ਨਹੀਂ ਮੁੜਦੇ ਯਾਰ ਤੋਂ ਨਾਮ ਬਦਲ ਕੇ ਆ ਜਾ ਮੈਕਸੀਕੋ ਚੱਲੀਏ ਕਿਉਂ ਕੀਤਾ ਗਿਆ? ਉਹਨਾਂ ਨੇ ਦਿੱਤਾ ਨਹੀਂ ਜੀ, ਉਹ ਪੈਸੇ ਮੰਗਦੇ ਸੀ ਜਿੰਨਾ ਕੁੜੀ ਸੀਗਾ। ਇਹ ਬੜੇ ਸੀਰੀਅਸ ਟੋਪਿਕ ਦੇ ਉੱਤੇ ਫਿਲਮ ਬਣੀ ਹੋਈ ਹੈ, ਪਰ ਇਸ ਦੇ ਵਿੱਚ ਕੋਮੇਡੀ ਜੋ ਹੈ ਉਹ ਜ਼ਿਆਦਾ ਟ੍ਰੇਲਰ ਦੇ ਵਿੱਚ ਦਿਖਾਈ ਗਈ ਹੈ। ਕੀ ਲੱਗਦਾ ਕਿ ਇੱਕ ਪੰਜਾਬੀ ਫਿਲਮ ਨੂੰ ਚਲਾਉਣ ਦੇ ਲਈ ਕੋਮੇਡੀ ਦੀ ਲੋੜ ਜ਼ਿਆਦਾ ਹੁੰਦੀ ਹੈ? ਨਹੀਂ ਜੀ, ਨਹੀਂ, ਇੱਦਾਂ ਨਹੀਂ ਹੁੰਦਾ। ਕੋਮੇਡੀ ਦੀ ਲੋੜ ਨਹੀਂ, ਉਹ ਫਿਲਮ ਦੇ ਵਿੱਚ ਕੋਮੇਡੀ ਅਸੀਂ ਤਾਂ ਤੁਹਾਨੂੰ ਟ੍ਰੇਲਰ ਦੇ ਵਿੱਚ ਵੀ ਦਿਖਾਈ, ਫਿਲਮ ਦੇ ਵਿੱਚ ਇਮੋਸ਼ਨਸ ਨੇ ਉਹ ਤੁਸੀਂ ਫਿਲਮ ਦੇ ਵਿੱਚ ਵੀ ਦਿਖਾਏ ਨੇ, ਕਿਉਂਕਿ ਇਹ ਜਿਹੜੀ ਜਰਨੀ ਹੈ ਨਾ, ਮਤਲਬ ਡੌਂਕੀ ਦੀ ਵੀ ਲਾ ਲਓ, ਉਹ ਇੱਕ ਸਰਟਨ ਟਾਈਮ ਤੋਂ ਬਾਅਦ ਜਿਹੜੀਆਂ ਇਹਦੇ 'ਚ ਮੁਸ਼ਕਲਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਫੋਰ ਐਗਜ਼ਾਮਪਲ, ਜੰਗਲ ਸ਼ੁਰੂ ਹੁੰਦਾ ਜਦੋਂ ਖਾਣਾ ਪੀਣਾ ਮੁੱਕਦਾ, ਇੱਕ ਸਰਟਨ ਟਾਈਮ ਤੱਕ ਤਾਂ ਫਲਾਈਟਸ ਲਾਓ, ਫਲਾਈਟ ਤੱਕ ਬੰਦਾ ਪਹੁੰਚਦਾ ਇੱਕ ਜਗ੍ਹਾ 'ਤੇ, ਦੂਜੀ ਜਗ੍ਹਾ 'ਤੇ ਬੰਦਾ ਗੱਡੀ 'ਚ ਪਹੁੰਚਦਾ, ਫਿਰ ਬੱਸ 'ਤੇ ਪਹੁੰਚਦਾ, ਫਿਰ ਪਲੇਨ ਰੜਾ ਮੈਦਾਨ ਹੈ, ਇੱਕ ਸਰਟਨ ਲੈਵਲ ਤੱਕ ਦੂਜੇ ਸ਼ਹਿਰ ਤੱਕ ਪਹੁੰਚਿਆ, ਉੱਥੇ ਕਮਰੇ ਮਿਲ ਗਏ, ਉੱਥੇ ਰਹਿ ਪਏ, ਅਤੇ ਇੱਕ ਉਦੋਂ ਤੱਕ ਤਾਂ ਬੰਦਾ ਹੱਸਦਾ ਖੇਡਦਾ। ਬਾਕੀ ਇਹ ਫਿਲਮ ਹੈ, ਇਹਦੇ 'ਚ ਅਦਾਕਾਰ ਲਏ ਨੇ ਅਤੇ ਉਹ ਵੱਧ ਹਸਾਉਣ ਵਾਲੇ ਨੇ ਦੂਜਿਆਂ ਦੇ ਕੰਪੈਰੇਟਿਵ। ਸੋ ਇੱਕ ਸਰਟਨ ਟਾਈਮ ਤੋਂ ਬਾਅਦ ਜਿਹੜੀਆਂ ਮੁਸ਼ਕਿਲ ਅਤੇ ਮੁਸ਼ਕਿਲ ਹਾਲਾਤ ਜਿਹੜੇ ਨੇ ਜੰਗਲਾਂ ਦੇ ਜਾਂ ਜਿੱਥੇ ਫੂਡ ਫਾਡ ਖਤਮ ਹੋ ਜਾਂਦਾ, ਉੱਥੋਂ ਇੱਕ ਸਰਟਨ ਟਾਈਮ ਤੋਂ ਬਾਅਦ ਸ਼ੁਰੂ ਹੁੰਦੇ ਨੇ, ਉਹੀ ਫਿਲਮ ਦੇ ਵਿੱਚ ਵਿਖਾਇਆ ਸੀ। ਓਕੇ, ਤੁਸੀਂ ਪਾਕਿਸਤਾਨੀ ਆਰਟਿਸਟ ਦੀ ਗੱਲ ਕੀਤੀ ਹੈ ਨਾ, ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹ ਕੋਮੇਡੀ ਲਈ ਜਾਣੇ ਜਾਂਦੇ ਆ ਨਾ ਜ਼ਿਆਦਾਤਰ, ਅਤੇ ਜਦੋਂ ਫਿਲਮ ਦੇ ਵਿੱਚ ਸੀਰੀਅਸ ਮੂਵਮੈਂਟ ਆਉਂਦੀ ਆ ਤਾਂ ਉਸ ਮੂਵਮੈਂਟ ਦੇ ਉੱਤੇ ਸੀਰੀਅਸਨੈਸ ਨੂੰ ਮੇਨਟੇਨ ਰੱਖ ਪਾਉਣਾ ਔਖਾ ਸੀਗਾ? ਨਹੀਂ ਨਹੀਂ, ਬਹੁਤ ਵਧੀਆ ਬਾਕਮਾਲ ਆਰਟਿਸਟ ਨੇ ਜੀ ਉਹ, ਇਕੱਲੇ ਮਤਲਬ ਇਕੱਲੇ ਕਾਮੇਡੀਅਨ ਨੀਗੇ, ਅਤੇ ਉਹ ਬੜਾ ਮਤਲਬ ਸੋਹਣਾ ਉਹਨਾਂ ਨੇ ਕੰਮ ਕੀਤਾ। ਮੇਰੇ ਕੋਲ ਬਹੁਤ ਸੀਨੀਅਰਸ ਨੇ ਜਦੋਂ ਮੈਂ ਜੰਮਿਆ ਉਦੋਂ ਦੇ ਉਹ ਮਤਲਬ ਇਸ ਲਾਈਨ ਦੇ ਵਿੱਚ ਨੇ ਕੰਮ ਕਰ ਰਹੇ ਨੇ, ਕਿਉਂਕਿ ਜਦੋਂ ਸਟੇਜ ਡਰਾਮਾ ਵੀ ਕਰਦੇ ਨੇ ਤਾਂ ਉਹਨਾਂ ਦੇ ਵਿੱਚ ਵੀ ਇਮੋਸ਼ਨਸ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਐਕਟਿੰਗ ਕਰਨੀ ਪੈਂਦੀ ਹੈ। ਇਹ ਨੀਗਾ ਵੀ ਇਕੱਲਾ ਉਹ ਹਸਾਉਂਦੇ ਆ, ਅਤੇ ਉਹਨਾਂ ਨੇ ਬੜਾ ਸੋਹਣਾ ਕੰਮ ਕੀਤਾ। ਤੁਸੀਂ ਚਾਲ ਮੇਰਾ ਪੁੱਤ ਦੇ ਵਿੱਚ ਵੀ ਦੇਖਿਆ ਹੋਣਾ, ਅਤੇ ਉਹਨਾਂ ਨੇ ਮਤਲਬ ਇਮੋਸ਼ਨਲ ਸਬਜੈਕਟ ਸੀਗੇ ਉਹਦੇ ਵਿੱਚ, ਇਮੋਸ਼ਨਲ ਐਂਗਲ ਆਏ ਇੱਕ ਦੋ ਵਾਰੀ ਉਹਨਾਂ ਫਿਲਮਾਂ ਦੇ ਵਿੱਚ ਵੀ। ਕਲਾਈਮੈਕਸ ਦੇਖਿਆ ਹੋਣਾ ਤੁਸੀਂ ਦੋਨਾਂ ਫਿਲਮਾਂ ਦਾ, ਅਤੇ ਉਹਦੇ 'ਚ ਇਮੋਸ਼ਨ ਸੀਗੇ, ਅਤੇ ਉਹ ਭਾਅ ਜੀ ਨੇ ਵਧੀਆ ਮਤਲਬ ਫੜ ਕੇ ਰੱਖੇ, ਨਾਸਿਰ ਭਾਅ ਜੀ ਨੇ ਵੀ ਅਤੇ ਜ਼ਫਰੀ ਭਾਅ ਜੀ ਨੇ ਵੀ, ਅਤੇ ਫਿਲਮ ਦੇ ਵਿੱਚ ਵੀ ਜਿਹੜੇ ਇਮੋਸ਼ਨਲ ਪਾਰਟ ਜਿਹੜਾ ਆਇਆ ਉੱਥੇ ਉਹਨਾਂ ਨੇ ਬੜਾ ਸੋਹਣਾ ਨਿਭਾਇਆ। ਅਤੇ ਉਹ ਕੋਮੇਡੀ ਲਈ ਜਾਣੇ ਜਾਂਦੇ ਤਾਂ ਜੁਗਲਬੰਦੀ ਪੂਰੀ ਚੱਲਦੀ ਹੋਣੀ ਸੈੱਟ 'ਤੇ? 101%, ਕਿਉਂਕਿ ਉਹ ਆਪੋ 'ਚ ਵੀ ਮਤਲਬ ਲੱਗੇ ਰਹਿੰਦੇ ਹੁੰਦੇ ਸੀਗੇ ਜੁਗਤਾਂ ਇੱਕ ਦੂਜੇ ਨੂੰ ਕਰਨ, ਅਤੇ ਸਾਡੇ ਨਾਲ ਵੀ, ਦੇਖੋ ਮੈਂ ਨਾਸਿਰ ਭਾਈ ਨੂੰ ਪਹਿਲਾਂ ਮਿਲਿਆ, ਅਤੇ 2-3 ਵਾਰੀ ਪਿਛਲੇ ਸਾਲ ਹੀ ਉਦੋਂ ਮਿਲਿਆ ਸੀਗਾ ਚੱਲ ਮੇਰਾ ਪੁੱਤ ਸੈੱਟ 'ਤੇ, ਅਤੇ ਫਿਰ ਜ਼ਫਰੀ ਭਾਅ ਜੀ ਨੂੰ ਪਹਿਲੀ ਵਾਰ ਮਿਲਿਆ। ਬਟ ਮੈਂ ਬੜੇ ਡਰਾਮੇ ਦੇਖੇ ਇਹਨਾਂ ਦੇ, ਮੈਨੂੰ ਇਹਨਾਂ ਦਾ ਮਤਲਬ ਗੱਲਾਂ ਦਾ ਜਾਂ ਇਹਨਾਂ ਦੇ ਵਿਹਾਰਾਂ ਦਾ ਪਹਿਲਾਂ ਪਤਾ ਸੀ। ਸੋ ਅਤੇ ਬੜੀਆਂ ਮਤਲਬ ਖੱਟੀਆਂ ਮਿੱਠੀਆਂ ਯਾਦਾਂ ਸਾਡੀਆਂ ਸੈੱਟ 'ਤੇ। ਐਮੀ ਭਾਅ ਜੀ, ਜਦੋਂ ਅਸੀਂ ਟ੍ਰੇਲਰ ਦੇਖਦੇ ਹਾਂ ਨਾ ਤਾਂ ਸਾਰਿਆਂ ਦੇ ਮਨ ਦੇ ਵਿੱਚ ਨਾ ਇੱਕ ਗੱਲ ਜ਼ਰੂਰ ਆਉਂਦੀ ਹੈ ਕਿ ਫੀਮੇਲ ਲੀਡ ਕਿਉਂ ਨਹੀਂ, ਇਹ ਡਿਸੀਜ਼ਨ ਕਿਹਦਾ ਸੀਗਾ ਜਾਂ ਕਿਉਂ ਨਹੀਂ ਲਿੱਤੀ ਗਈ? ਚੀਜ਼ ਜਿਹੜੀ ਤੁਹਾਨੂੰ ਫਿਲਮ ਦੇ ਵਿੱਚ ਦਿਖਾਈ ਹੋਊਗੀ ਉਹੀ ਰਿਐਲਿਟੀ। ਉਸ ਲੈਵਲ 'ਤੇ ਜਾ ਕੇ ਕੁੜੀਆਂ ਕੜੀਆਂ ਚੇਤੇ ਨਹੀਂ ਆਉਂਦੀਆਂ, ਜਦੋਂ ਮਤਲਬ ਐਕਸਟ੍ਰੀਮ ਪਾਣੀ ਨਹੀਂ ਮਿਲਦਾ ਪੀਣ ਨੂੰ, ਉਦੋਂ ਮਾਂ ਪਿਓ ਅਤੇ ਰੱਬ ਚੇਤੇ ਆਉਂਦਾ। ਅੱਛਾ, ਅਤੇ ਅੱਜ ਕੱਲ੍ਹ ਹਰ ਇੱਕ ਨੂੰ ਹੁੰਦਾ ਯੂਥ ਨੂੰ ਕਿ ਬਾਹਰ ਜਾਈਏ ਬਾਹਰ ਜਾਈਏ, ਹੈ ਨਾ? ਅਤੇ ਮੈਂ ਇੱਕ ਪੁੱਛਣਾ ਚਾਹੂੰਗਾ, ਜੇ ਤੁਸੀਂ ਆਰਟਿਸਟ ਨਾ ਹੁੰਦੇ ਕਿ ਤੁਹਾਡੇ ਮਨ 'ਚ ਵੀ ਹੋਣਾ ਸੀਗਾ ਕਿ ਯਾਰ ਬਾਹਰ ਜਾ ਕੇ ਸੈੱਟ ਹੋਈਏ? ਫਿਰ ਇਹ ਨਾ ਪਤਾ ਕੀ ਹੁੰਦਾ, ਇਹ ਜਦੋਂ ਆਪਾਂ ਉਹ ਕਰਦੇ ਹੋਈਏ ਨਾ ਵੀ ਆਪਣੇ ਗੁਆਂਢ 'ਚੋਂ ਕੋਈ ਗਿਆ ਹੋਵੇ ਅਤੇ ਜਾਂ ਹੋਵੇ ਵੀ ਸੱਜਣ ਮਿੱਤਰ ਟੁਰ ਗਿਆ ਹੋਵੇ, ਉਹਦੇ ਕਰਕੇ ਹੁੰਦਾ ਵੀ ਆਪ ਬੰਦੇ ਦਾ ਮਨ ਕਰਦਾ ਵੀ ਅਸੀਂ ਵੀ ਜਾਈਏ। ਜਾਂ ਜਦੋਂ ਅਸੀਂ ਮਤਲਬ ਕਾਲਜ ਪੜ੍ਹਦੇ ਸੀ ਉਸ ਤੋਂ ਕੈਮਰੇ ਵਾਲੇ ਫੋਨ ਉਦੋਂ ਸਰਟਨ ਆਮ ਬਾਅਦ 'ਚ ਹੋਏ ਹੈ, ਉਦੋਂ ਸਾਡੇ ਕੋਲ ਮਤਲਬ ਲਾ ਲਓ ਤੁਸੀਂ ਜਾਂ 1600 ਜਾਂ ਛੋਟੇ ਮੋਬਾਈਲ ਚੈਨ ਵਾਲੇ ਉਹ ਹੁੰਦੇ ਸੀ, ਉਹਨਾਂ ਦੇ ਕੈਮਰੇ ਐਸ ਸੱਚ ਨਹੀਂ ਸੀ ਹੁੰਦੇ, ਉਹਨਾਂ 'ਚ ਵੀਡੀਓਜ਼ ਨਹੀਂ ਸੀ ਆਪਾਂ ਦੇਖਦੇ ਬਾਹਰ ਜਾਣ ਦੇ ਜ਼ਿਆਦਾ, ਵੀ ਬਾਹਰ ਕਨੇਡਾ ਅਮਰੀਕਾ ਜ਼ਿਆਦਾ ਪਤਾ ਨਹੀਂ ਸੀ, ਸਿਰਫ ਮੈਚਾਂ ਮੁੱਚਾਂ 'ਚ ਦੇਖਿਆ ਸੀਗਾ, ਅਤੇ ਉਦੋਂ ਮਤਲਬ ਐਸ ਸੱਚ ਕਰੇਜ਼ ਬਹੁਤ ਜ਼ਿਆਦਾ ਨਹੀਂ ਸੀ ਵੀ ਅਸੀਂ ਬਾਹਰ ਜਾਣਾ, ਕਿਉਂਕਿ ਉਦੋਂ ਮੈਡੀਕਲ ਸੀ ਚੰਡੀਗੜ੍ਹ ਪੜ੍ਹਦੇ ਹੁੰਦੇ ਸੀ। ਅਤੇ ਉਸ ਤੋਂ ਬਾਅਦ ਜਦੋਂ ਮੈਂ ਗਾਉਣ ਲੱਗਿਆ ਅਤੇ ਉਦੋਂ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਆ ਕੇ ਮੇਰੇ ਮਨ ਨੂੰ ਆਇਆ ਸੀਗਾ ਵੀ ਚੱਲ ਬਾਹਰ ਜਾ ਕੇ ਗਾ ਕੇ ਆਈਏ, ਇਹ ਤਾਂ ਮਤਲਬ ਇਹ ਨਹੀਂ ਵੀ ਰਹਿਣ ਜਾਣਾ। ਅਤੇ ਫਿਰ ਉਸ ਤੋਂ ਬਾਅਦ 'ਚ ਇਹੀ ਇਹੀ ਹੁੰਦਾ, ਹੁਣ ਜਿਵੇਂ ਸਾਡੇ ਪਿੰਡ ਹੁਣ ਚੱਲ ਗਏ 20-25 ਜਵਾਕ ਚੱਲ ਗਏ, ਅਤੇ ਹੁਣ ਦੂਜੇ ਜਵਾਕਾਂ ਨੂੰ ਵੀ ਲੱਗਦਾ ਵੇਖੋ ਵੇਖੀ ਵੀ ਅਸੀਂ ਵੀ ਜਾਈਏ ਜੇ ਦੂਜਿਆਂ ਦੇ ਜਵਾਕ ਗਏ ਇਹਨਾਂ ਨੇ ਵੀ ਉਹ ਜਾ ਕੇ ਠੀਕ। ਸੋ ਇਹ ਸੇਮ ਮਾਹੌਲ ਹੁੰਦਾ, ਮੈਨੂੰ ਪਹਿਲਾਂ ਨਹੀਂ ਸੀ ਵੀ ਕਾਲਜ ਦੇ ਵਿੱਚ ਵੀ ਮੈਂ ਜਾਵਾਂ ਬਾਹਰ, ਮਤਲਬ ਕਿ ਕਿਸੇ ਵੀ ਢੰਗ ਨਾਲ ਚੱਲ ਜਾਈਏ ਭਾਵੇਂ ਇਲੀਗਲ ਢੰਗ ਦੇ ਨਾਲ।
ਪੜ੍ਹ ਕੇ ਕਰੋ ਨਾ ਰਦਰ ਦੈਨ ਦੈਟ ਵੀ ਆਪਾਂ ਜੋ ਜੰਗਲਾਂ ਦੇ ਧੱਕੇ ਖਾਣੇ ਨੇ ਤੇ ਤੁਸੀਂ ਪੜ੍ਹ ਕੇ ਵੀ ਜਾ ਸਕਦੇ ਹੋ ਡੋਂਕੀ ਤੇ ਵੀ ਭਾਜੀ 30-40 ਲੱਖ ਰੁਪਈਆ ਲੱਗਦਾ ਤੇ ਇੰਨੀ ਵੀ ਫੀਸ ਲੱਗਦੀ ਹੈ ਜੇ ਤੁਸੀਂ ਦੂਜੀ ਤਰ੍ਹਾਂ 'ਚ ਪੜ੍ਹ ਕੇ ਚਲ ਜਾਓਗੇ ਇਹ ਤਾਂ ਹੈ ਨੀਗਾ ਵੀ ਬੰਦਾ ਜਿਹੜਾ ਜੇ ਤੁਸੀਂ ਆਈਲੈਟਸ ਕਰ ਲਉਂਗੇ ਤੇ ਬਾਅਦ 'ਚ ਤੁਹਾਡੇ ਪੈਸੇ ਨਹੀਂ ਲੱਗਣੇ ਉੱਥੇ ਵੀ ਲੱਗਣੇ ਆ ਇਹ ਵੀ ਹੈ ਨੀਗਾ ਵੀ ਜੰਗਲ 'ਚ ਤੁਸੀਂ ਤੁਰ ਕੇ ਲੰਘ ਜਾਓਗੇ ਤੁਹਾਨੂੰ ਪੈਸੇ ਨਹੀਂ ਦੇਣੇ ਪੈਣੇ ਉੱਥੇ ਵੀ ਦੇਣੇ ਪੈਣੇ ਸੋ ਪੈਸੇ ਦੋਨੇ ਪੈਸੇ ਲੱਗਣੇ ਆ ਇੱਧਰ ਪੜ੍ਹ ਕੇ ਪੜ੍ਹ ਲਉਂਗੇ ਅਤੇ ਉੱਧਰ ਜੰਗਲਾਂ 'ਚ ਧੱਕੇ ਖਾ ਕੇ ਰਿਸਕ ਆਪਣੀ ਜਿਹੜੀ ਰਿਸਕ 'ਤੇ ਰੱਖਣੀ ਆ ਆਪਣੀ ਜਾਨ ਉਹ ਹੈ ਅੱਛਾ ਜੰਗਲਾਂ ਦੀ ਆਪਾਂ ਗੱਲ ਕਰ ਰਹੇ ਹਾਂ ਅਤੇ ਮੈਂ ਪੁੱਛਣਾ ਚਾਹੂੰਗਾ ਜਿਹੜਾ ਇਹ ਸ਼ੂਟ ਹੈ ਕਿ ਵਾਕਈ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਕੀਤਾ ਜਾਂ ਕੋਈ ਇੱਦਾਂ ਦੀ ਲੋਕੇਸ਼ਨ ਜੋ ਔਥੈਂਟਿਕ ਲੱਗੇ ਨਹੀਂ ਨਹੀਂ ਔਥੈਂਟਿਕ ਨਹੀਂ ਸੀ ਅਸੀਂ ਯੂਕੇ ਸ਼ੂਟ ਕੀਤਾ ਭਾਅ ਜੀ ਅਤੇ ਕਿਉਂਕਿ ਇੱਕ ਵੈਦਰ ਦਾ ਵੀ ਥੋੜ੍ਹਾ ਜਿਹਾ ਉਦੋਂ ਮਸਲਾ ਸੀ ਜਦੋਂ ਕੋਵਿਡ ਦੀਆਂ ਰਿਸਟ੍ਰਿਕਸ਼ਨ ਸੀਗੀਆਂ ਅਤੇ ਅਸੀਂ ਮਤਲਬ ਆਰਟਿਸਟ ਸੀਗੇ ਸਾਰੇ ਕੰਮ ਕਰਦੇ ਸੀ ਇੰਨਾ ਜ਼ਿਆਦਾ ਕਰੂ ਸੀ ਲਾਈਟਾਂ ਰੂਟਾਂ ਚੱਕ ਕੇ ਜੰਗਲਾਂ 'ਚ ਲੈ ਕੇ ਜਾਣੀਆਂ ਸੀ ਅਸੀਂ ਸੇਫ ਰਹਿ ਕੇ ਅਸੀਂ ਯੂਕੇ ਦੇ ਵਿੱਚ ਸ਼ੂਟ ਕੀਤੇ ਕਿਉਂਕਿ ਉੱਥੇ ਸੱਪ ਵਗੈਰਾ ਜਾਂ ਇੱਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਯੂਕੇ 'ਚ ਵੈਦਰ ਕੋਲਡ ਹੁੰਦਾ ਨਾ ਅਤੇ ਠੰਡਾ ਵੈਦਰ ਹੁੰਦਾ ਅਤੇ ਉਹ ਸੀਗੀਆਂ ਵੀ ਉਦੋਂ ਲੱਕੀਲੀ ਵਿੰਟਰਸ ਮਤਲਬ ਲੱਕੀਲੀ ਤਾਂ ਨਹੀਂ ਕਹਿ ਸਕਦਾ ਅਨਲੱਕੀਲੀ ਕਹੂੰਗਾ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਠੰਡ 'ਚ ਸਾਨੂੰ ਟੀ ਸ਼ਰਟਾਂ ਪਾਉਣੀਆਂ ਪਈਆਂ ਮਾਈਨਸ ਟੈਂਪਰੇਚਰਸ ਵੀ ਸੋ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੁਸੀਂ ਟ੍ਰੇਲਰ ਦਾ ਪਹਿਲਾ ਸੀਨ ਵੇਖਿਆ ਹੋਣਾ ਜਦੋਂ ਨਾਸਰ ਭਾਅ ਜੀ ਆ ਕੇ ਮੈਨੂੰ ਪੁੱਛਦੇ ਭਾਈ ਸਾਹਿਬ ਅਮਰੀਕਾ ਕਿਹੜੇ ਪਾਸੇ ਨਾਸਰ ਭਾਅ ਜੀ ਲਾਲ ਹੋਏ ਪਏ ਉਹਦਾ ਨਾਸਾਂ ਵੀ ਲਾਲ ਮੂੰਹ ਵੀ ਸਾਰਾ ਲਾਲ ਐਕਸਟ੍ਰੀਮ ਠੰਡ ਸੀ ਭਾਅ ਜੀ ਉਦੋਂ ਐਕਸਟ੍ਰੀਮ ਠੰਡ -8-9 ਡਿਗਰੀ ਹਵਾ ਚੱਲਦੀ ਸੀ ਕਈ ਸੀਨ ਇੱਦਾਂ ਦੇ ਹੁੰਦੇ ਆ ਨਾ ਜੋ ਤੁਹਾਨੂੰ ਮੈਂਟਲੀ ਥਕਾ ਦਿੰਦੇ ਆ ਉਹ ਇਸ ਫਿਲਮ ਦੇ ਵਿੱਚ ਕੋਈ ਸੀਨ ਸੀਗਾ ਜਿਹਨੇ ਤੁਹਾਨੂੰ ਮੈਂਟਲੀ ਥਕਾ ਦਿੱਤਾ ਹੋਵੇ ਕਿ ਯਾਰ ਬਸ ਹੁਣ ਭਾਅ ਜੀ ਸਾਰੀ ਫਿਲਮ 'ਚ ਹੀ ਬੜਾ ਇੱਦਾਂ ਲੱਗਦਾ ਹੁੰਦਾ ਸੀਗਾ ਇੱਕ ਪਾਣੀ ਦੇ ਵਿੱਚੋਂ ਨਿਕਲਣਾ ਸੀ ਵੱਡੇ ਵੱਡੇ ਬੂਟ ਪਾਏ ਸੀ ਪਾਣੀ ਦੇ ਵਿੱਚੋਂ ਨਿਕਲਣਾ ਇੰਨਾ ਠੰਡਾ ਪਾਣੀ ਰਹਿ ਰੱਬ ਦਾ ਨਾ ਅਤੇ ਉਸ ਤੋਂ ਬਾਅਦ 'ਚ ਐਕਸਟ੍ਰੀਮ ਲੈਵਲ ਦੀ ਠੰਡ ਇੱਕ ਜਦੋਂ ਅਸੀਂ ਸਮੁੰਦਰ ਵਾਲਾ ਪਾਰਟ ਸ਼ੂਟ ਕੀਤਾ ਉੱਦਣ ਵੀ ਤੁਸੀਂ ਦੇਖ ਲਓ ਬੋਟ ਜੀ 100-150 ਸਪੀਡ 'ਤੇ ਜਾਂਦੀ ਹੈ ਜਿਹੜੀ ਬੋਟ ਜੀ ਹੁੰਦੀ ਉਹ ਹੁੰਦੀ ਨਹੀਂ ਲਫਾਫੇ ਗੁੱਦ ਜੀ ਦੀ ਬੋਟ ਜਿਹੜੀ ਹੁੰਦੀ ਬੜੀ ਭਾਈ ਦੀ ਉਹਦੇ ਪਿੱਛੇ ਇੰਜਨ ਜਿਹਾ ਲੱਗਾ ਹੁੰਦਾ ਅਤੇ ਉਹਦੇ 'ਚ ਅਸੀਂ ਬੈਠੇ 10-12 ਜਣੇ ਦੂਜੀ ਬੋਟ ਦੇ ਵਿੱਚ ਕਰੂ ਸੀਗਾ ਕੈਮਰਾ ਸੀਗਾ ਦੂਜੀ ਬੋਟ ਦੇ ਵਿੱਚ ਅਤੇ ਉਹ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਏ ਉੱਥੇ ਮਤਲਬ ਸਵੇਰੇ ਅਸੀਂ ਫੂਡ ਲੈ ਲਿਆ ਨਾਲ ਉਹਦੇ ਬੋਟਾਂ ਦੇ ਵਿੱਚ ਧਰ ਲਿਆ ਅਤੇ ਉਦੋਂ ਅਸੀਂ ਸ਼ਾਮ ਨੂੰ ਜਦੋਂ ਗੇਟ ਓਪਨ ਹੁੰਦੇ ਨੇ ਮਤਲਬ ਜਿੱਥੋਂ ਆ ਕੇ ਬੋਟਸ ਦੁਬਾਰਾ ਵੜਦੀਆਂ ਅਤੇ ਉੱਥੇ ਅਸੀਂ ਸ਼ਾਮ ਨੂੰ ਮਤਲਬ ਆ ਕੇ ਉਤਰੇ ਸਵੇਰ ਦੇ ਤੁਰੇ ਮਤਲਬ ਵਾਸ਼ਰੂਮ ਵਾਸ਼ਰੂਮ ਜੇ ਕਿਸੇ ਨੇ ਜਾਣਾ ਸੀ ਅਤੇ ਇੱਕ ਆਈਲੈਂਡ ਸੀਗਾ ਉੱਥੇ ਅਸੀਂ ਬੋਟਾਂ ਰੋਕ ਕੇ ਅਤੇ ਉੱਥੇ ਅਸੀਂ ਸ਼ੂਟ ਵੀ ਕੀਤਾ ਨਾਲੇ ਉੱਥੇ ਆਪਣਾ ਨਾ ਕੋਈ ਉੱਥੇ ਕੁਛ ਸੀਗਾ ਲਵਾਰਿਸ ਆਈਲੈਂਡ ਸੀਗਾ ਅਤੇ ਅਸੀਂ ਉੱਥੇ ਮਤਲਬ ਇਹ ਫਿਲਮ ਵੀ ਮਤਲਬ ਸ਼ੂਟ ਕੀਤਾ ਟਫ ਤਾਂ ਸੀਗਾ ਭਾਅ ਜੀ ਪਰ ਲਕੀਲੀ ਫਿਲਮ ਬਣਾਈ ਹੈ ਜੀ ਅਸੀਂ ਅਤੇ ਕਹਿ ਸਕਦੇ ਹੋ ਕਿ ਜਿੰਨੀਆਂ ਵੀ ਹੁਣ ਤੱਕ ਸ਼ੂਟਿੰਗਸ ਹੋਈਆਂ ਮੇਰੀਆਂ ਹੈ ਨਾ ਫਿਲਮਸ ਦੀਆਂ ਇਹ ਸਭ ਤੋਂ ਔਖੀ ਸੀ ਹਾਂ ਸ਼ੂਟ ਵਾਈਜ਼ ਸਭ ਤੋਂ ਔਖੀ ਸੀਗੀ ਜੀ ਫਿਲਮ ਤੁਸੀਂ ਇਹ ਫਿਲਮ ਸਟੋਰੀ ਦੇਖ ਕੇ ਸਾਈਨ ਕਰਤੀ ਸੀ ਜਾਂ ਕੁਛ ਆਇਆ ਦਿਮਾਗ ਦੇ ਵਿੱਚ ਜਾਂ ਕੋਈ ਇੱਦਾਂ ਦਾ ਬੰਦਾ ਤੁਹਾਨੂੰ ਜਾਣਦਾ ਸੀ ਜਿਹਦੇ ਨਾਲ ਇੱਦਾਂ ਹੋਇਆ ਹੋਵੇ ਅਤੇ ਤੁਸੀਂ ਪਰਸਨਲ ਅਟੈਚ ਹੋਏ ਹੋਵੇ ਅਤੇ ਤੁਸੀਂ ਕਿਹਾ ਕਿ ਯਾਰ ਐਮੀ ਬਾਈ ਆਹ ਫਿਲਮ ਮੈਂ ਕਰਨੀ ਆ ਤੁਸੀਂ ਡੋਂਕੀ ਲਈ ਵੀਡੀਓਜ਼ ਦੇਖੀਆਂ ਮੁੰਡਿਆਂ ਦੀਆਂ ਬਸ ਉਹਨੀਆਂ ਕੀ ਮੈਂ ਵੇਖਿਆ ਅੱਛਾ ਜਿੰਨਾ ਕਿ ਤੁਸੀਂ ਵੇਖਿਆ ਅਤੇ ਉਹ ਚੀਜ਼ ਵੀ ਇੱਕ ਬੜਾ ਵੱਡਾ ਮੁੱਦਾ ਪੰਜਾਬ ਦਾ ਜੇ ਪੰਜਾਬ ਦੇ ਲੋਕਾਂ ਨੂੰ ਵਿਖਾਇਆ ਜਾਵੇ ਤਾਂ ਇਟ ਵਿਲ ਬੀ ਗੁੱਡ ਅਤੇ ਇਹਨੂੰ ਥੋੜ੍ਹਾ ਕਮਰਸ਼ੀਅਲ ਕਰ ਲਓ ਇਹਨੂੰ ਇਹਦੇ 'ਚ ਰਾਧਾ ਦੈਨ ਰੋਮੈਂਸ ਵਗੈਰਾ ਵੀ ਲੋਕਾਂ ਨੂੰ ਆਪਣੇ ਹਾਸੇ ਖੇਡੇ ਦੇ ਨਾਲ ਇਹ ਚੀਜ਼ ਵਿਖਾ ਕੇ ਅਤੇ ਇਮੋਸ਼ਨਸ ਦਿਖਾਓ ਫਿਲਮ ਦੇ ਵਿੱਚ ਐਕਸਟ੍ਰੀਮ ਅਤੇ ਇੱਕ ਚੰਗਾ ਮੈਸੇਜ ਲੋਕਾਂ ਦੇ ਜਦੋਂ ਪੱਲੇ ਪਊਗਾ ਅਤੇ ਇਸ ਚੀਜ਼ 'ਚੋਂ ਲੋਕਾਂ ਦਾ ਬਚਾਅ ਹੋਊਗਾ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਕੋਮੇਡੀ 'ਤੇ ਹੀ ਫਿਲਮਾਂ ਆਉਂਦੀਆਂ ਨੇ ਹੈ ਨਾ ਅਤੇ ਕਿਤੇ ਨਾ ਕਿਤੇ ਬਦਲਾਵ ਦੀ ਲੋੜ ਸੀ ਅਤੇ ਲੱਗਦਾ ਕਿ ਇਹ ਫਿਲਮ ਬਦਲਾਵ ਦੇ ਵੱਲ ਇੱਕ ਕਦਮ ਹੈ ਭਾਅ ਜੀ ਵੇਖੋ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਮੈਂ ਕੁਛ ਨਾ ਕੁਛ ਨਵਾਂ ਅਤੇ ਅਲੱਗ ਕਰਾਂ ਅਤੇ ਮੇਰੇ ਵੱਲੋਂ ਬਦਲਾਅ ਦਾ ਮਤਲਬ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਰਹਿੰਦਾ ਨਵੀਂ ਹੋਵੇ ਹੁਣ ਇਹ ਫਿਲਮ ਨੂੰ ਵੇਖ ਕੇ ਕੌਣ ਕਿੱਦਾਂ ਦਾ ਕਰਦਾ ਬਦਲਾਵ ਕਿਹਨੇ ਕਰਨਾ ਚਾਰ ਤਾਂ ਜਣੇ ਆ ਜੀ ਪੰਜ ਮੈਂ ਦਲਜੀਤ ਭਾਅ ਜੀ ਹੈ ਅਮਰਿੰਦਰ ਗਿੱਲ ਭਾਅ ਜੀ ਹੈ ਗਿੱਪੀ ਬਾਈ ਹੈ ਦੋ ਤਿੰਨ ਜਣੇ ਹੋਰ ਜਿਹੜੇ ਫਿਲਮਾਂ ਬਣਾਉਂਦੇ ਨੇ ਅਤੇ ਬਦਲਾਅ ਇੰਨਾ ਹੀ ਤਿੰਨਾਂ ਚੌਹਾਂ ਜਣਿਆਂ ਨੇ ਕਰਨਾ ਅਤੇ ਹੁਣ ਦਲਜੀਤ ਭਾਅ ਜੀ ਵੀ ਮਤਲਬ ਬੰਬੇ 'ਚ ਵੀ ਬਿਜ਼ੀ ਨੇ ਉਹ ਆਪਣਾ ਕੰਮ ਕਰ ਰਹੇ ਨੇ ਉੱਥੇ ਗਿੱਪੀ ਭਾਅ ਜੀ ਵੀ ਕਰ ਰਹੇ ਨੇ ਫਿਲਮਾਂ ਮੈਂ ਅਮਰਿੰਦਰ ਬਾਈ ਸੋ ਸਾਰੇ ਲੱਗੇ ਹੋਏ ਨੇ ਜੀ ਆਪੋ ਆਪਣਾ ਤੁਸੀਂ ਦੇਖੋ ਵੀ ਕੌਣ ਕਿੰਨਾ ਐਫਰਟ ਮਾਰ ਰਿਹਾ ਬਦਲਾਵ ਲਈ ਜਾਂ ਮਤਲਬ ਲੋਕਾਂ ਨੂੰ ਚਾਹੀਦਾ ਜੇ ਤੁਹਾਨੂੰ ਲੱਗਦਾ ਵੀ ਸੇਮ ਚੀਜ਼ਾਂ ਹੋਈ ਜਾਂਦੀਆਂ ਨੇ ਰਿਪੀਟ ਸੇਮ ਚੀਜ਼ਾਂ ਅਸੀਂ ਦਿਖਾਈ ਜਾਂਦੇ ਤੁਸੀਂ ਦੇਖਣਾ ਬੰਦ ਕਰੋ ਅਤੇ ਜੇ ਮਤਲਬ ਤੁਹਾਨੂੰ ਲੱਗਦਾ ਵੀ ਜਿਹੜਾ ਬੰਦਾ ਐਕਸਪੈਰੀਮੈਂਟ ਕਰ ਰਿਹਾ ਵਧੀਆ ਤੁਸੀਂ ਉਹਨੂੰ ਐਪਰੀਸ਼ੀਏਟ ਕਰੋ 100% ਬੰਦਾ ਕਰੂਗਾ ਬੈਸਟ ਆਫ ਲੱਕ ਭਾਅ ਜੀ ਅਤੇ ਜਾਂਦੇ ਜਾਂਦੇ ਕੁਛ ਕਹਿਣਾ ਚਾਹੋਗੇ ਬਸ ਜੀ ਇਹੋ ਬੇਨਤੀ ਵੀ ਪਰਿਵਾਰ ਨਾਲ ਜਾਵੇ ਫਿਲਮ ਦੇਖਣ ਤੁਹਾਨੂੰ ਜੈਨੂਅਲੀ ਫਿਲਮ ਚੰਗੀ ਲੱਗੂਗੀ ਤੁਸੀਂ ਬਹੁਤ ਖੁਸ਼ ਹੋ ਕੇ ਅਤੇ ਬਹੁਤ ਇਮੋਸ਼ਨਲ ਹੋ ਕੇ ਨਿਕਲੋਗੇ ਥੈਂਕ ਯੂ ਸੋ ਮਚ ਭਾਅ ਜੀ ਬਹੁਤ ਬਹੁਤ ਪਿਆਰ ਸਤਿਕਾਰ